ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਜੀ ਤੁਹਾਡਾ ਆਪਣੇ ਯੂਟਿਊਬ ਚੈਨਲ ਚਹਿਲ ਡਿਜ਼ਾਈਨਰ ਬੁਟੀਕ 'ਤੇ। ਉਮੀਦ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ। ਸਭ ਨੂੰ ਨਵੇਂ ਸਾਲ ਦੀਆਂ ਇੱਕ ਵਾਰ ਫਿਰ ਤੋਂ ਵਧਾਈਆਂ ਜੀ। ਪਰਮਾਤਮਾ ਕਰੇ ਸਾਰਿਆਂ ਦਾ ਨਵਾਂ ਸਾਲ ਵਧੀਆ ਹੀ ਹੋਵੇ, ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ। ਅਤੇ ਇੱਕ ਰਿਕੁਐਸਟ ਹੈ, ਸਭ ਤੋਂ ਪਹਿਲਾਂ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ। ਜਿਹੜੇ ਨਵੇਂ ਵੀਵਰਸ ਆ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਜੀ, ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ, ਨਾਲੇ ਬੈੱਲ ਆਈਕਨ ਪ੍ਰੈਸ ਕਰਿਓ ਤਾਂ ਕਿ ਸਾਡੀ ਆਉਣ ਵਾਲੀਆਂ ਵੀਡੀਓ ਤੁਸੀਂ ਟਾਈਮ ਨਾਲ ਦੇਖ ਸਕੋ। ਅਤੇ ਅੱਜ ਵਾਲੇ ਜਿਹੜੇ ਸੂਟ ਹੈਗੇ ਉਹ ਹੈਗੇ ਜੀ ਸ਼ਿਮਰ ਦੇ। ਆਓ ਜੀ ਵੀਡੀਓ ਸ਼ੁਰੂ ਕਰਦੇ ਹਾਂ। ਅਤੇ ਕਢਾਈ ਵਾਲੇ ਸੂਟ ਨੇ, ਆਓ ਜੀ ਦੇਖਦੇ ਹਾਂ ਜੀ। ਸਭ ਤੋਂ ਪਹਿਲਾਂ ਸੂਟ ਹੈਗਾ ਜੀ ਪਿਸਤਾ ਕਲਰ ਦਾ, ਬਹੁਤ ਸੋਹਣਾ ਸੂਟ ਹੈ ਜੀ। ਸਾਰੀ ਕਢਾਈ ਦਿਖਾ ਦਿਓ, ਬਹੁਤ ਸੋਹਣਾ ਸੂਟ ਆ ਪਿਸਤਾ ਕਲਰ ਦਾ। ਲੰਬਾਈ ਵੀ ਬਹੁਤ ਆ, ਜਿੰਨੀ ਮਰਜ਼ੀ ਰੱਖ ਲਿਓ, ਅਤੇ ਘੇਰਾ ਵੀ ਬਹੁਤ ਆ ਜੀ। ਅਤੇ ਸੈਂਟਰ ਪੈਨਲ ਜਾਂਦੇ ਨੇ, ਅਤੇ ਘੇਰੇ ਦਾ ਵਰਕ ਆ, ਬਹੁਤ ਸਫਾਈ ਦਾ ਵਰਕ ਹੋਇਆ ਹੋਇਆਗਾ। ਅਤੇ ਇਹ ਹੈਗਾ ਜੀ ਬਾਜੂ ਦਾ ਵਰਕ, ਇਹ ਵੀ ਬਹੁਤ ਸੋਹਣਾ ਸ਼ਿਮਰ ਦਾ ਸੂਟ ਆ। ਬਹੁਤ ਸੋਹਣਾ ਕੱਪੜਾ, ਕੋਈ ਐਵੇਂ ਨਹੀਂ ਹੈਗਾ ਗਾ ਵੀ ਕੋਈ ਛਿੱਜੂਗਾ ਜਾਂ ਖਰਾਬ ਹੋਊਗਾ, ਬਹੁਤ ਸੋਹਣਾ ਕੱਪੜਾ ਹੈਗਾ। ਪਿਸਤਾ ਕਲਰ ਹੈ ਜੀ ਇਹਦਾ। ਅਤੇ ਇਹ ਸੂਟ ਵਿਦਆਊਟ ਦੁਪੱਟੇ ਤੋਂ ਆ ਜੀ। ਜੇ ਤੁਸੀਂ ਦੁਪੱਟਾ ਲੈਣਾ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ, ਅਤੇ ਫਿਰ ਤੁਸੀਂ ਦੁਪੱਟਾ ਵੀ ਡਾਈ ਕਰਕੇ ਦੇਵਾਂਗੇ ਜੀ। ਅਤੇ ਇਹ ਵਾਲਾ ਸੂਟ ਦਾ ਪ੍ਰਾਈਜ਼ ਹੈਗਾ ਜੀ 1100 ਰੁਪਇਆ, 1100 ਰੁਪਇਆ ਪ੍ਰਾਈਜ਼ ਹੈ ਜੀ ਇਹਦਾ। ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ੋਟ ਲੈ ਸਕਦੇ ਹੋ ਅਤੇ ਵਟਸਐਪ 'ਤੇ ਮੈਸੇਜ ਕਰ ਸਕਦੇ ਹੋ ਜੀ। ਅਗਲਾ ਸੂਟ ਵੀ ਇਹਦੇ ਨਾਲ ਦੇ ਹੀ ਆ ਜੀ ਡਿਜ਼ਾਈਨ, ਬਟ ਇਹਦੇ ਕੱਪੜੇ ਦਾ ਥੋੜ੍ਹਾ ਜਿਹਾ ਫਰਕ ਆ ਜੀ। ਇਹ ਉਹ ਵਾਲੀ ਹੋਰ ਸ਼ਿਮਰ ਸੀ, ਇਹ ਵਾਲੀ ਹੋਰ ਸ਼ਿਮਰ ਆ ਜੀ। ਬਲੂ ਕਲਰ ਦਾ ਸੂਟ ਆ ਜੀ ਇਹ, ਬਹੁਤ ਸੋਹਣਾ ਕਲਰ ਆ, ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈਗਾ। ਜਿਵੇਂ ਨਵੀਆਂ ਜਿਹੀਆਂ ਵਹਿੰਗੀ ਉਹਨਾਂ ਨੇ ਪਾਉਣ ਵਾਲਾ ਜ਼ਿਆਦਾਤਰ ਇਹ ਸੂਟ, ਅਤੇ ਬਹੁਤ ਸੋਹਣਾ ਕਲਰ ਆ। ਸੈਂਟਰ ਪੈਨਲ ਜਾਂਦੇ ਨੇ, ਘੇਰੇ ਦਾ ਵਰਕ ਹੈਗਾ, ਅਤੇ ਆਹ ਹੈਗਾ ਜੀ ਇਹਦਾ ਬਾਜੂ ਵਰਕ, ਬਹੁਤ ਸੋਹਣਾ ਸੂਟ ਇਹ ਵੀ। ਬਲਿਊ ਕਲਰ ਆ, ਸ਼ਿਮਰ ਦਾ ਸੂਟ ਹੈ ਜੀ ਇਹ, ਬਹੁਤ ਜ਼ਿਆਦਾ ਵਧੀਆ ਕੁਆਲਿਟੀ ਦੀ ਸ਼ਿਮਰ ਲੱਗੀ ਹੋਈ ਹੈ ਜੀ ਇਹਨੂੰ। ਉਹਨੂੰ ਵੀ ਵਧੀਆ ਕੁਆਲਿਟੀ ਸੀ, ਬਟ ਉਹ ਆਪਦੇ ਹਿਸਾਬ ਨਾਲ ਹੀ ਆਪਦੇ ਹਿਸਾਬ ਨਾਲ ਜੀ। ਇਹ ਸੂਟ ਦਾ ਪ੍ਰਾਈਜ਼ ਹੈਗਾ ਜੀ 2000 ਰੁਪਇਆ, 2000 ਰੁਪਇਆ ਪ੍ਰਾਈਜ਼ ਹੈ ਜੀ ਇਹ ਸੂਟ ਦਾ। ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ੋਟ ਲੈ ਸਕਦੇ ਹੋ ਅਤੇ ਸਾਨੂੰ ਵਟਸਐਪ ਕਰ ਸਕਦੇ ਹੋਗੇ। ਅਤੇ ਜੇ ਤੁਸੀਂ ਦੁਪੱਟਾ ਲੈਣਾ ਤਾਂ ਦੁਪੱਟੇ ਲਈ ਤੁਹਾਨੂੰ ਮੈਸੇਜ ਕਰਨਾ ਪਊਗਾ ਜੀ, ਅਸੀਂ ਦੁਪੱਟਾ ਵੀ ਨਾਲ ਲਾ ਕੇ ਦੇਵਾਂਗੇ ਜੀ। ਹਾਂਜੀ, ਅਗਲਾ ਸੂਟ, ਇਹ ਜਿਹੜਾ ਸੂਟ ਹੈ ਜੀ ਇਹ ਸਿੰਗਲ ਟਾਂਕੇ ਦਾ ਕੰਮ ਹੋਇਆ ਹੋਇਆ ਹੈਗਾ। ਆਹ ਸੂਟ ਤੇ ਪੰਪ ਮਸ਼ੀਨ ਦਾ ਕੰਮ ਆ ਜੀ ਸਿੰਗਲ ਟਾਂਕੇ ਦਾ। ਮੈਡਮ ਨੇੜੇ ਕਰਕੇ ਦਿਖਾ ਦਿਓ ਆਪਣਾ ਵਰਕ, ਸਿੰਗਲ ਟਾਂਕੇ ਦਾ ਕੰਮ ਆ ਜੀ ਇਹਦੇ ਤੇ। ਆਹ ਇਹਦਾ ਘੇਰੇ ਜੇ ਵਰਕ ਹੈਗਾ, ਕੀ ਕੱਪੜਾ ਫਿਓਨਾ, ਇਹ ਸਟਾਫ ਆਇਆ ਫਿਓਨਾ ਜੀ, ਫਿਓਨਾ ਸਟਾਫ ਆ ਇਹਦਾ, ਬਹੁਤ ਵਧੀਆ ਕੁਆਲਿਟੀ ਦਾ ਸਟਾਫ ਹੈਗਾ। ਤੇ ਆਹ ਵਾਲਾ ਇਹਦਾ ਬਾਜੂ ਵਰਕ ਆ, ਸਿੰਗਲ ਟਾਂਕੀ ਦਾ ਵਰਕ ਹੋਇਆ ਹੋਇਆ ਜੀ। ਇਹਦਾ ਕਲਰ ਸ਼ਾਇਦ ਇਹਦੇ ਵਿੱਚ ਕੋਈ ਹੋਰ ਆ ਰਿਹਾ ਹੋਊਗਾ, ਫਰਕ ਆ ਰਿਹਾ ਜਾਂ ਕਲਰ ਦਾ, ਇਹ ਕਲਰ ਫਿਰੋਜ਼ੀ ਹੈ ਜੀ,
ਰੋਜ਼ੀ ਕਲਰ ਦਾ ਸੂਟ ਆ, ਇਹਦੇ ਵਿੱਚ ਸ਼ਾਇਦ 27 ਜਿਹਾ ਕਲਰ ਆ ਰਿਹਾ, ਸਹੀ ਨਹੀਂ ਆ ਰਿਹਾ ਹੈਗਾ ਕਲਰ। ਤੇ ਫਿਰੋਜ਼ੀ ਕਲਰ ਦਾ ਸੂਟ ਆ, ਬਹੁਤ ਸੋਹਣਾ ਸੂਟ ਹੈ, ਮਸਟਰਡ ਕਲਰ ਦੇ ਵਰਕ ਹੋਇਆ ਹੋਇਆਗਾ। ਤੇ ਆਹ ਇਹਦਾ ਗਲਾ ਬਣਿਆ ਹੋਇਆ, ਸਿੰਗਲ ਟਾਂਕੇ ਦਾ ਕੰਮ ਆ ਜੀ। ਇਹ ਸੂਟ ਦਾ ਪ੍ਰਾਈਜ਼ 1400 ਰੁਪਇਆ ਜੀ। ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਵਟਸਐਪ ਕਰ ਸਕਦੇ ਹੋ। 1400 ਰੁਪਇਆ ਇਹ ਸੂਟ ਦਾ ਪ੍ਰਾਈਜ਼ ਹੈ ਜੀ। ਸਾਰੇ ਸੂਟਾਂ ਦੀ ਸ਼ਿਪਿੰਗ ਫ੍ਰੀ ਹੈ ਜੀ। ਅਗਲਾ ਸੂਟ ਹੈਗਾ ਜੀ ਵਾਈਟ, ਥੋੜਾ ਜਿਹਾ ਆਫ ਵਾਈਟ ਹੀ ਹੈ, ਜਮਾਂ ਪੂਰਾ ਵਾਈਟ ਨਹੀਂ ਹੈਗਾ। ਇਹ ਇਹਦੀਆਂ ਮੂਰੀਆਂ ਤੇ ਵਰਕ ਆ ਜੀ, ਸਲਵਾਰ ਦਾ ਵਰਕ ਆ, ਇਹ ਬਹੁਤ ਸੋਹਣਾ ਵਰਕ ਆ। ਸਟੱਫ ਹੈਗਾ ਜੀ ਇਹ ਮਸਲੀਨ, ਮਸਲੀਨ ਸਟੱਫ ਆ ਇਹ। ਇਹਦੇ ਥੱਲੇ ਟਾਪਾ ਲਗਾ ਸਕਦੇ ਹੋ ਤੁਸੀਂ, ਬਹੁਤ ਸੋਹਣਾ ਕਲਰ ਵਾਈਟ ਤੇ ਬਹੁਤ ਸੋਹਣੇ ਕਲਰ ਕੋਂਬੀਨੇਸ਼ਨ ਨੇ ਇਹਦੇ। ਤੇ ਆਹ ਇਹਦੀਆਂ ਮੂਰੀਆਂ ਦਾ ਵਰਕ ਆ, ਤੇ ਆਹ ਹੈਗੀਆਂ ਜਿਹਦੀ ਬਾਜੂ, ਆਹ ਇਹਦੀ ਬਾਜੂ ਦਾ ਵਰਕ ਹੈ, ਮਸਲੀਨ ਦਾ ਸਟੱਫ ਆ ਜੀ ਇਹ। ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ। ਇਹ ਸੂਟ ਬਹੁਤ ਘੱਟ ਪ੍ਰਾਈਜ਼ ਨੇ ਜੀ, ਇਹ ਸੂਟ ਦਾ ਪ੍ਰਾਈਜ਼ 1100 ਰੁਪਇਆ ਜੀ। ਮਸਲੀਨ ਦਾ ਸੂਟ ਆ, ਕੋਈ ਕੱਪੜਾ ਨਹੀਂ ਸ਼ਰਿੰਕ ਨਹੀਂ ਹੁੰਦਾ, ਖਰਾਬ ਨਹੀਂ ਹੁੰਦਾ, ਬਹੁਤ ਸੋਹਣਾ ਸਟਾਫ ਆ ਜਿਹੜਾ ਲੱਗਿਆ ਹੋਇਆਗਾ, ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਜੀ। 1100 ਰੁਪਇਆ ਦਾ ਪ੍ਰਾਈਜ਼ ਹੈ ਜੀ। ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ। ਅਗਲਾ ਸੂਟ ਹੈਗਾ ਜੀ ਗੀਜ਼ਾ ਕਾਟਨ, ਗੀਜ਼ਾ ਕਾਟਨ ਇਹ ਹੈਗੀ ਹੈ ਜੀ, ਗੀਜ਼ਾ ਕਾਟਨ। ਇਹ ਵੀ ਬਹੁਤ ਸੋਹਣਾ ਗਾ, ਮਣਾ ਨੇੜੇ ਹੋ ਕੇ ਦਿਖਾ ਲਓ ਵਰਕ, ਬਹੁਤ ਸੋਹਣਾ ਵਰਕ ਹੋਇਆ ਹੋਇਆ ਇਹਨੂੰ। ਗੀਜ਼ਾ ਕਾਟਨ ਦਾ ਸਟਾਫ ਆ ਜੀ ਇਹ। ਇਹ ਸੂਟ ਦਾ ਪ੍ਰਾਈਜ਼ ਬਹੁਤ ਘੱਟ ਪ੍ਰਾਈਜ਼ ਦੇ ਰਹੇ ਜੀ ਅਸੀਂ ਸੂਟ ਇਹ ਵਾਲੇ, ਆਹ ਵਾਲਾ ਇਹਦਾ ਬਾਜੂ ਦਾ ਵਰਕ। ਇਹ ਸੂਟ ਦਾ ਪ੍ਰਾਈਜ਼ 1000 ਰੁਪਇਆ ਜੀ, 1000 ਰੁਪਇਆ ਪ੍ਰਾਈਜ਼ ਹੈ ਜੀ ਆਹ ਸੂਟ ਦਾ ਵਰਕ। ਤੇ 5 ਮੀਟਰ ਕੱਪੜਾ ਤੇ ਪੈਰਟ ਜਿਹਾ ਕਲਰ ਆ ਜੀ, ਥੋੜਾ ਥੋੜਾ ਇਹਦਾ, ਬਹੁਤ ਸੋਹਣਾ ਕਲਰ ਆ। ਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ। ਅਗਲਾ ਸੂਟ ਹੈਗਾ ਜੀ ਕਾਫੀ ਤੇ ਮਹਿਰੂਮ ਦਾ, ਨਹੀਂ ਕਾਫੀ ਦਾ ਹੋਮ ਕਲਰ ਹੋਮ ਸਟਾਫ ਮੰਚਲੀ। ਅੱਜ ਸਟਾਫਾਂ ਦੇ ਨਾਮ ਵੀ ਭੁੱਲੀ ਜਾਂਦੇ, ਠੰਡ ਲੱਗੀ ਜਾਂਦੀ ਹੈਗੀ। ਇਹ ਹੈਗਾ ਜੀ ਮੰਚਲੀ ਸਟਾਫ ਆ ਜੀ ਇਹਦਾ, ਤੇ ਕਾਫੀ ਕਲਰ ਆ, ਬਹੁਤ ਸੋਹਣਾ ਕਲਰ ਹੈਗਾ, ਤੇ ਬਹੁਤ ਸੋਹਣੇ ਕਲਰ ਕੋਂਬੀਨੇਸ਼ਨ ਆ। ਇਹ ਹੈਗਾ ਜੀ ਇਹਦਾ ਸਲਵਾਰ ਦਾ ਵਰਕ, ਇਹ ਸਲਵਾਰ ਦਾ ਵਰਕ ਹੈ ਜੀ ਮੂਰੀਆਂ ਦਾ। ਤੇ ਆਹ ਹੈਗਾ ਜੀ ਇੱਧਰ ਇਹਦਾ ਬਾਜੂ ਦਾ, ਨਹੀਂ ਸੋਰੀ ਉਹ ਬਾਜੂ ਦਾ ਵਰਕ ਸੀ ਜੀ, ਆਹ ਹੈਗਾ ਜੀ ਇਹਦਾ ਸਲਵਾਰ ਦਾ ਵਰਕ। ਸਟਰੇਟ ਸਲਵਾਰ ਬਣੂਗੀ ਜੀ ਇਹਦੇ ਨਾਲ, ਬਹੁਤ ਸੋਹਣਾ ਕਲਰ ਕੋਂਬੀਨੇਸ਼ਨ ਨੇ, ਬਹੁਤ ਸੋਹਣੇ, ਬਹੁਤ ਸੋਹਣਾ, ਇੰਨਾ ਜ਼ਿਆਦਾ ਸਫਾਈ ਦਾ ਵਰਕ ਹੈਗਾ। ਮਾੜਾ ਨੇੜੇ ਕੈਮਰਾ ਕਰਕੇ ਦਿਖਾ ਦਿਓ, ਬਹੁਤ ਸੋਹਣਾ ਵਰਕ ਹੋਇਆ ਹੋਇਆ ਜੀ ਇਹਦੇ 'ਤੇ। ਅਤੇ ਆਹ ਇਹਦੀਆਂ ਬਾਜੂ ਹੈ ਜੀ, ਬਾਹਾਂ ਦਾ ਅਤੇ ਪੌਂਚਿਆਂ ਦਾ ਹੀ ਵਰਕ ਹੈ ਜੀ ਇਹਦੇ 'ਤੇ। ਅਤੇ ਕੱਪੜਾ ਬਹੁਤ ਸੋਹਣਾ ਮੰਚਲੀ ਸਟਾਫ ਹੈਗਾ ਇਹ, ਕੋਈ ਸ਼ਰਿੰਕ ਨਹੀਂ ਹੁੰਦਾ, ਖਰਾਬ ਨਹੀਂ ਹੁੰਦਾ। ਅਤੇ
ਇਹਦਾ ਪ੍ਰਾਈਜ ਹੈਗਾ ਜੀ 2800 ਰੁਪਇਆ ਪ੍ਰਾਈਜ ਹੈ ਜੀ ਇਹਦਾ। ਇਹ ਸੂਟ ਦਾ ਪ੍ਰਾਈਜ 2800 ਰੁਪਇਆ ਜੀ। ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਸਕਦੇ ਹੋਗੇ, ਤੇ ਜੇ ਤੁਸੀਂ ਦੁਪੱਟਾ ਵੀ ਲੈਣਾ ਚਾਹੋ ਨਾਲ ਤਾਂ ਦੁਪੱਟਾ ਵੀ ਤੁਹਾਨੂੰ ਕਰਾ ਕੇ ਦੇਵਾਂਗੇ ਜੀ ਤਿਆਰ। ਬਹੁਤ ਸੋਹਣਾ ਕਲਰ, ਬਾਕੀ ਇਹ ਸੂਟ ਬਹੁਤ ਟ੍ਰੈਂਡ 'ਚ ਚੱਲ ਰਿਹਾ ਜੀ ਇਹ ਵਾਲਾ ਸਟੱਫ, ਸੋਰੀ ਇਹ ਵਾਲੇ ਡਿਜ਼ਾਈਨ ਬਹੁਤ ਟ੍ਰੈਂਡ 'ਚ ਚੱਲ ਰਿਹਾ ਹੈਗਾ। ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਸਕਦੇ ਹੋ ਜੀ। ਹਾਂਜੀ ਹਾਂਜੀ, ਉਮੀਦ ਹੈ ਜੀ ਅੱਜ ਵਾਲੇ ਸਾਰੇ ਸੂਟ ਤੁਹਾਨੂੰ ਪਸੰਦ ਆਏ ਹੋਣਗੇ, ਅਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ, ਅਤੇ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਆ ਕਰੋ, ਸਕਿੱਪ ਨਾ ਕਰਿਆ ਕਰੋ ਪਲੀਜ਼। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।